ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ 2014-15 ਦੇ ਵਿੱਚ ਗ੍ਰੈਜੂਏਸ਼ਨ ਪਾਸ ਕੀਤੀ ਸੀ 50-55% ਨੰਬਰ ਰਹਿ ਗਏ ਸੀ ਘੱਟ ਪਰਸੈਂਟੇਜ ਕਰਕੇ ਜਾਂ ਫਿਰ ਇੰਡੀਆ ਦੇ ਵਿੱਚ ਕੰਪੀਟੀਸ਼ਨ ਇੰਨਾ ਜ਼ਿਆਦਾ ਹੋਣ ਕਰਕੇ ਤੁਹਾਨੂੰ ਅੱਗੇ ਮਾਸਟਰ ਡਿਗਰੀ ਦੇ ਵਿੱਚ ਕਿਸੇ ਚੰਗੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਨਹੀਂ ਮਿਲੀ ਜਾਂ ਤੁਸੀਂ ਜੋ ਆਪਣਾ ਡਿਜ਼ਰਵ ਕਰਦੇ ਸੀ ਜੌਬ ਤੁਹਾਨੂੰ ਨਹੀਂ ਮਿਲ ਪਾਈ ਅਨੇਕਾਂ ਵਾਰੀ ਤੁਸੀਂ ਇੰਟਰਵਿਊ ਦੇ ਚੁੱਕੇ ਹੋ ਬਹੁਤ ਹੀ ਘੱਟ ਸੈਲਰੀ 'ਤੇ ਜੌਬ ਮਿਲ ਰਹੀ ਹੈ ਜਾਂ ਕਈ ਸਟੂਡੈਂਟਸ ਨੂੰ ਨਹੀਂ ਵੀ ਮਿਲ ਪਾ ਰਹੀ 5-7 ਸਾਲ ਹੋ ਗਏ ਆ ਤੁਹਾਨੂੰ ਗ੍ਰੈਜੂਏਸ਼ਨ ਕੀਤੀ ਨੂੰ ਅੱਜ ਦੇ ਟਾਈਮ ਵੀ ਤੁਸੀਂ ਫ੍ਰੀ ਘੁੰਮ ਰਹੇ ਹੈਗੇ ਹੋ ਅੱਗੇ ਵਿਆਹ ਹੋ ਗਿਆ ਜਾਂ ਸੋਚਿਆ ਸੀ ਵਿਆਹ ਤੋਂ ਬਾਅਦ ਕਿਸਮਤ ਚੇਂਜ ਹੋਏਗੀ ਲੇਕਿਨ ਫਿਲਹਾਲ ਵੀ ਉੱਦਾਂ ਹੀ ਚੱਲ ਰਿਹਾ ਕੋਈ ਵੀ ਅੱਛੀ ਓਪਰਚੁਨਿਟੀ ਤੁਹਾਨੂੰ ਜੇ ਇੰਡੀਆ ਦੇ ਵਿੱਚ ਨਹੀਂ ਮਿਲ ਰਹੀ ਅੱਗੇ ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈਗੇ ਹੋ ਤਾਂ ਗਲੋਬਲ ਵੀਜ਼ਾ ਹੈਲਪਲਾਈਨ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ ਬਿਲਕੁਲ ਤੁਸੀਂ ਆਪਣੇ ਪਰਿਵਾਰ ਸਮੇਤ UK ਦੇ ਟੌਪ ਦੇ ਸ਼ਹਿਰਾਂ ਦੇ ਵਿੱਚ ਜਾ ਕੇ ਅੱਗੇ ਮਾਸਟਰ ਡਿਗਰੀ ਕਰ ਸਕਦੇ ਹੋ ਜੀ ਪੜ੍ਹਾਈ ਦੇ ਨਾਲ ਨਾਲ ਆਪਣਾ ਜੌਬ ਕਰ ਸਕਦੇ ਹੈਗੇ ਹੋ ਪੜ੍ਹਾਈ ਤੋਂ ਬਾਅਦ ਪੋਸਟ ਸਟੱਡੀ ਵਰਕ ਪਰਮਿਟ ਤੁਸੀਂ ਲੈ ਸਕਦੇ ਹੋ ਸੋ ਬਿਨਾਂ ਆਈਲੈਟਸ ਤੋਂ ਜਾਣਾ ਚਾਹੁੰਦੇ ਹੋ ਜਾਂ ਨੰਬਰ ਘੱਟ ਰਹਿ ਗਏ ਆ ਤੁਹਾਡੇ ਗ੍ਰੈਜੂਏਸ਼ਨ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ ਗੈਪ ਪੈ ਚੁੱਕਿਆ ਆ ਕਈ ਕੰਸਲਟੈਂਟ ਦੇ ਦਫ਼ਤਰਾਂ 'ਚ ਗਏ ਹੋ ਮਨਾ ਕਰ ਚੁੱਕਿਆ ਤੁਹਾਨੂੰ ਸਾਰੇ ਵੀ ਤੁਹਾਡਾ ਵੀਜ਼ਾ ਨਹੀਂ ਲੱਗ ਸਕਦਾ ਤਾਂ 92503 'ਤੇ ਤੁਸੀਂ ਕਾਲ ਕਰਕੇ ਆਪਣੀ ਫ੍ਰੀ ਅਸੈਸਮੈਂਟ ਕਰਾ ਕੇ ਅਪਾਇੰਟਮੈਂਟ ਬਣਾ ਕੇ ਮੇਰੇ ਨਾਲ ਮਿਲ ਸਕਦੇ ਹੋ UK ਜਾਣ ਦਾ ਸੁਪਨਾ ਤੁਸੀਂ ਵਿਦ ਫੈਮਿਲੀ ਆਪਣਾ ਸਾਕਾਰ ਕਰ ਸਕਦੇ ਹੋ ਸਪਤੰਬਰ 2021 ਇਨਟੇਕ ਨੂੰ ਮਿਸ ਨਾ ਕਰੋ ਸਪਤੰਬਰ ਇਨਟੇਕ ਦੇ ਵਿੱਚ ਜਿਹੜਾ ਹੈ ਬਹੁਤ ਹੀ ਅੱਛੇ ਸਕਸੈਸ ਰੇਟ ਦੇ ਨਾਲ ਜਿਹੜੇ ਵੀਜ਼ਾਸ ਹੈਗੇ ਆ UK ਗੌਰਮੈਂਟ ਦੇਵੇਗੀ ਕੋਈ ਆਨਲਾਈਨ ਪੜ੍ਹਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਜਾ ਕੇ ਸੇਮ ਫਲਾਈਟ ਦੇ ਵਿੱਚ ਆਪਣੇ ਸਪਾਊਸ ਅਤੇ ਆਪਣੇ ਬੱਚੇ ਨੂੰ ਨਾਲ ਲੈ ਕੇ ਤੁਸੀਂ UK ਜਾ ਸਕਦੇ ਹੋ ਜਾ ਕੇ ਯੂਨੀਵਰਸਿਟੀਆਂ 'ਚ ਪੜ੍ਹ ਸਕਦੇ ਹੋ ਉੱਥੇ ਕੰਮ ਕਰ ਸਕਦੇ ਹੋ ਆਨਲਾਈਨ ਵਾਲਾ ਜਿਹੜਾ ਹੈਗਾ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਬਿਲਕੁਲ UK ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਪੜ੍ਹਾਈ ਕਰੋ ਅਤੇ ਆਪਣਾ ਨਾਲ ਕੰਮ ਕਰੋ ਵਧੇਰੇ ਜਾਣਕਾਰੀ ਦੇ ਲਈ 92503 92503 'ਤੇ ਕਾਲ ਕਰ ਸਕਦੇ ਹੋ